ਇਹ ਮੇਰੇ ਕਜ਼ਨ ਬ੍ਰਦਰ ਸੀ, ਇਹ ਰਾਤ ਇਹਨਾਂ ਨਾਲ ਵਾਕਿਆ ਹੋਇਆ, ਸੁੱਤੇ ਪਏ ਇਹਨਾਂ ਬੰਦਿਆਂ ਨੇ ਕਿਸੇ ਨੇ ਆ ਕੇ ਇਹਨਾਂ 'ਤੇ ਵਾਰ ਕੀਤਾ ਔਰ ਇਹਨਾਂ ਦੇ ਘਰ ਵਿੱਚ ਲੁੱਟਖੋਹ ਕੀਤੀ ਹੈ। ਮੈਂ ਅਰਲੀ ਇਨ ਦੀ ਮੋਰਨਿੰਗ ਆਇਆ, ਮੈਂ ਆ ਕੇ ਦੇਖਿਆ ਮੇਰੇ ਘਰ ਦੇ ਵਿੱਚ ਸਾਰਾ ਸਮਾਨ ਖਿਲਾਰਿਆ ਹੋਇਆ ਸੀ, ਰਿਸ਼ਤੀਆਂ ਕਾਗਜ਼ ਪੱਤਰਾਂ ਨੂੰ ਅੱਗ ਲਾਈ ਹੋਈ ਸੀ ਅਤੇ ਇਸ ਨੂੰ ਇਹਦੇ ਸਿਰ 'ਤੇ ਥੋੜ੍ਹੀ ਜਿਹੀ ਸੱਟ ਮੈਨੂੰ ਨਜ਼ਰ ਆਈ ਹੈ, ਇਹ ਮਰਿਆ ਪਿਆ ਸੀ। ਇਹਨਾਂ ਦੇ ਦੋਨੋਂ ਬੱਚੇ ਨੇ, ਉਹ ਦੋਨੋਂ ਹੀ ਫਰਾਂਸ ਰਹਿੰਦੇ ਨੇ। ਕੀ ਕੰਮ ਕਰਦੇ ਸੀ? CRP 'ਚੋਂ ਰਿਟਾਇਰ ਹੋਏ ਸੀ, ਹੁਣ ਇਹ ਐਗਰੀਕਲਚਰ ਦਾ ਕੰਮ ਕਰਦੇ ਸੀ। ਇਹ ਮੇਰੇ ਕਜ਼ਨ ਬ੍ਰਦਰ ਸੀ, ਇਹ ਰਾਤ ਇਹਨਾਂ ਨਾਲ ਵਾਕਿਆ ਹੋਇਆ, ਸੁੱਤੇ ਪਏ ਇਹਨਾਂ ਬੰਦਿਆਂ ਨੇ ਕਿਸੇ ਨੇ ਆ ਕੇ ਇਹਨਾਂ 'ਤੇ ਵਾਰ ਕੀਤਾ ਔਰ ਇਹਨਾਂ ਦੇ ਘਰ ਵਿੱਚ ਲੁੱਟਖੋਹ ਕੀਤੀ ਹੈ। ਮੈਂ ਰਹਿੰਦਾ ਰਹਿੰਦਾ ਸੀ, ਮੈਨੂੰ ਸਵੇਰੇ ਫੋਨ ਗਿਆ, ਮੈਂ ਅਰਲੀ ਇਨ ਦੀ ਮੋਰਨਿੰਗ ਆਇਆ, ਮੈਂ ਆ ਕੇ ਦੇਖਿਆ ਮੇਰੇ ਘਰ ਦੇ ਵਿੱਚ ਸਾਰਾ ਸਮਾਨ ਖਿਲਾਰਿਆ ਹੋਇਆ ਸੀ, ਰਿਸ਼ਤੀਆਂ ਕਾਗਜ਼ ਪੱਤਰਾਂ ਨੂੰ ਅੱਗ ਲਾਈ ਹੋਈ ਸੀ ਅਤੇ ਇਸ ਨੂੰ ਇਹਦੇ ਸਿਰ 'ਤੇ ਥੋੜ੍ਹੀ ਜਿਹੀ ਸੱਟ ਮੈਨੂੰ ਨਜ਼ਰ ਆਈ ਹੈ, ਇਹ ਮਰਿਆ ਪਿਆ ਸੀ ਅਤੇ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਸੀ। ਅਤੇ ਇਹ ਇਹਨਾਂ ਦਾ ਜਿਹੜਾ ਪਰਿਵਾਰ ਹੈ ਉਹ ਕਿੱਥੇ ਰਹਿੰਦਾ ਜੀ? ਇਹਨਾਂ ਦੇ ਦੋਨੋਂ ਬੱਚੇ ਨੇ, ਉਹ ਦੋਨੋਂ ਹੀ ਫਰਾਂਸ ਰਹਿੰਦੇ ਨੇ, ਉਹਨਾਂ ਦੀਆਂ ਬੀਵੀ ਦੇ ਨਾਲ ਉਹਨਾਂ ਦੀਆਂ ਰਹਿੰਦੀਆਂ। ਅਤੇ ਆਪ ਇਹ ਕੀ ਕੰਮ ਕਰਦੇ ਸੀ? CRP 'ਚੋਂ ਰਿਟਾਇਰ ਹੋਏ ਸੀ, ਹੁਣ ਇਹ ਐਗਰੀਕਲਚਰ ਦਾ ਕੰਮ ਕਰਦੇ ਸੀ। ਸੁੱਚਾ ਸਿੰਘ ਨਾਂ ਦਾ ਵਿਅਕਤੀ ਸੀ, ਅਤੇ ਅਸੀਂ 9:30 ਵਜੇ ਦੱਸ ਰਹੇ ਨੇ ਵੀ ਘਰ ਆ ਕੇ ਪਿਆ ਲੰਮਾ, ਇਹ ਕਾਫੀ ਦਾਰੂ ਪੀਣ ਲੱਗ ਪਈ ਸੀ। ਇਹ ਤਾਂ ਹੁਣ ਪੋਸਟਮਾਰਟਮ ਰਿਪੋਰਟ ਆਉਣ 'ਤੇ ਪਤਾ ਲੱਗੂਗਾ ਜੀ ਮਰਦਾ ਜਾਂ ਪਤਾ ਕੀ ਆ, ਇਸ ਬਾਰੇ ਆਪਾਂ ਜੇ ਕਲੀਅਰ ਨਹੀਂ ਕਰ ਸਕਦੇ। ਪੋਸਟਮਾਰਟਮ ਰਿਪੋਰਟ ਹੀ ਦੱਸੋ ਜੀ, ਅਸੀਂ ਕੇਸ ਰਜਿਸਟਰ ਕਰ ਲੈਂਦੇ ਸਰ, ਰਜਿਸਟਰ ਕਰਨ ਤੋਂ ਬਾਅਦ ਇਨਵੈਸਟੀਗੇਸ਼ਨ ਦੌਰਾਨ ਜਿਹੜੀ ਸਾਹਮਣੇ ਆਊਗੀ ਦੱਸਾਂਗੇ। ਅਤੇ ਸਰ ਕੀ ਇਹ ਇਕੱਲਾ ਹੀ ਇਸ ਘਰ ਦੇ ਵਿੱਚ ਰਹਿੰਦਾ ਸੀਗਾ? ਇਹ ਕਾਫੀ ਸਮੇਂ ਤੋਂ ਇਕੱਲਾ ਹੀ ਰਹਿੰਦਾ। ਬਿਲਕੁਲ ਸੱਚ, ਜੋਤਿਸ਼ ਇੱਕ ਵਿਦਿਆ ਇੱਕ ਸਾਇੰਸ। ਐਸਟ੍ਰੋਲੋਜਰ ਸਰਦਾਰ ਹਰਦੀਪ ਸਿੰਘ ਦਾ ਸਾਰੀ ਦੁਨੀਆ ਲਈ ਖੁੱਲਾ ਚੈਲੰਜ ਕਿ ਤੁਸੀਂ ਜ਼ਿੰਦਗੀ ਦੀ ਕਿਸੇ ਵੀ ਸਮੱਸਿਆ ਤੋਂ ਪਰੇਸ਼ਾਨ ਹੋ, ਕਿ ਤੁਹਾਡੇ ਵਿਆਹ 'ਚ ਹੋ ਰਹੀ ਹੈ ਦੇਰੀ, ਕਿ ਤੁਸੀਂ ਸੰਤਾਨ ਸੁੱਖ ਤੋਂ ਵਾਂਝੇ ਹੋ, ਕਿ ਤੁਹਾਨੂੰ ਮਨ ਚਾਹਿਆ ਪਿਆਰ ਨਹੀਂ ਮਿਲ ਰਿਹਾ, ਕਿ ਤੁਸੀਂ ਲਗਾਉਣਾ ਚਾਹੁੰਦੇ ਹੋ ਲੋਟਰੀ ਦਾ ਸਹੀ ਨੰਬਰ, ਕਿ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ, ਕਿ ਤੁਹਾਡਾ ਵੀਜ਼ਾ ਨਹੀਂ ਲੱਗ ਰਿਹਾ, ਕਿ ਤੁਸੀਂ ਵਿਦੇਸ਼ 'ਚ ਪੱਕਾ ਹੋਣਾ ਚਾਹੁੰਦੇ ਹੋ, ਧਨ ਦੀ ਕਮੀ, ਬਿਮਾਰੀ ਤੋਂ ਪਰੇਸ਼ਾਨ, ਘਰ ਬੈਠੇ ਬਿਠਾਏ ਹੀ ਕੀਤਾ ਜਾਵੇਗਾ ਤੁਹਾਡੀ ਸਾਰੀਆਂ ਸਮੱਸਿਆਵਾਂ ਦਾ ਸਮਾਧਾਨ। ਫੀਸ ਕੰਮ ਹੋਣ ਤੋਂ ਬਾਅਦ ਇਹਨਾਂ ਸਾਰੀਆਂ ਸਮੱਸਿਆਵਾਂ ਦੇ ਪੱਕੇ ਹੱਲ ਲਈ ਇੱਕ ਵਾਰ ਜ਼ਰੂਰ ਮਿਲੋ ਐਸਟ੍ਰੋਲੋਜਰ ਸਰਦਾਰ ਹਰਦੀਪ ਸਿੰਘ ਜੀ ਨੂੰ, ਜੋ ਕਰਦੇ ਨੇ ਮੁਫਤ ਸੇਵਾ ਮੁਫਤ ਸਮਾਧਾਨ।